ਅੱਲਾ ਦੇ ਨਾਂ ਦੀ ਖੈਰ ਖੈਰ ਅੱਲਾ ਦੇ ਰਾਹ ਤੇ ਦਵਾਈਆਂ ਬੂਟੀਆਂ ਪੁੱਛ ਲਓ ਵਾ ਦੇ ਰੇਹ ਦੀ ਚੰਮਲ ਦੀ ਜੋੜਾਂ ਦੇ ਦਰਦਾਂ ਦੀ ਖੱਗ ਦੀ ਖਾਰਸ਼ ਦੀ ਆ ਗਏ ਜੋਗੀ ਸਨਾਸੀ ਪੁੱਛ ਲਓ ਦਵਾਈਆਂ ਬੂਟੀਆਂ ਆ ਜਾਓ ਦਵਾਈਆਂ ਬੂਟੀਆਂ ਪੁੱਛ ਲਓ ਆ ਜਾਓ ਜੋਗੀ ਆ ਗਏ ਸਨਿਆਸੀ ਬੱਚਾ ਆ ਗਿਆ ਜੋਗੀ ਸਨਾਸੀ ਬੜਾ ਕੁਝ ਮਿਲ ਗਿਆ ਸੀ ਕਿਆ ਚੱਲ ਪਛਾਣ ਗਿਆ ਮੇਰੇ ਕੋਲ ਇਹ ਤਾਂ ਬੜਾ ਹੀ ਧੁਪਾਲੀ ਪਈ ਹੈ ਯਾਰ ਖੁਦਾ ਦਾ ਨਾਮ ਮੰਨੋ ਜੋਗੀ ਤੁਸੀਂ ਕਰਦੇ ਹੀ ਨਹੀਂ ਖਾਨ ਬਣਾ ਹੈ ਕੋਈ ਜੋ ਮਰਜ਼ੀ ਆਵੇ ਕਰ ਲਵੇ ਤੇ ਨਾਂਗਾ ਦਾ ਵੀ ਘੁੱਡੇ ਕ ਲੱਗਾ ਪਿਆ ਇਹ ਬੁਲਾਰੇ ਸੁਣ ਤੂੰ ਇਹ ਸੁਣ ਜਿਵੇਂ ਚਿੜੀ ਦੇ ਬੱਚੇ ਚੀਕਦੇ ਪਏ ਬੁਲਾਈਆਂ ਪਈਆਂ ਕੋਈ ਦਾ ਕਦਾਈ ਕੋਈ ਵੇਲਾ ਜਾਣੇ ਕੋਈ ਕਿਸੇ ਕਚਰੇ ਕੁਚਰੇ ਚ ਪਏ ਮੈਂ ਕੋੜ ਮਾਰਦਾ ਪਿਆ ਖਾਨ ਤੂੰ ਆਖਦਾ ਪਿਆ ਜੇ ਬਾਈ ਮੈਂ ਕੋੜ ਅਸਾਂ ਜੇ ਇਹਨੇ ਕੋੜ ਮਾਰੀਏ ਤੇ ਜਾ ਟੁਰ ਗਏ ਵੇਖ ਖਬਲਾਂ ਹੀ ਪਈਆਂ ਤੈਨੂੰ ਲਵੇ ਗੁੱਗਾ ਪੀਰ ਤੈਨੂੰ ਅੱਛਾ ਸਾਨੂੰ ਨੀ ਪਤਾ ਹੁਣ ਤਾਂ ਤੂੰ ਖੁਸ਼ ਕਰ ਨਹੀਂ ਹੁਣ ਮੈਂ ਤੈਨੂੰ ਲਾਹੀ ਕਰ ਦੇ ਸੈਨੂੰ ਕੱਢ ਦੇ ਬਾਲ ਨੂੰ ਪਛੋ ਨੂੰ ਛੁੱਟ ਖਾਂ ਨੇ ਸੋਟੀ ਤਾਂ ਚਾਹ ਦੇ ਫੜ ਲਈ ਮੈਨੂੰ ਇਹ ਜੋ ਸੋਟੀ ਪਈ ਬਸ ਬਸ ਕੌਰ ਮਨ ਸਰਦੇ ਪੀਰ ਚੌਹਾਨ ਦਾ ਕੜਾ ਮਨ ਉਹਦਾ ਮਨ ਬਸ 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 ਕੌਰ ਮਨ ਬਸ ਬਸ ਤੈਨੂੰ ਲਵੇ ਗੁੱਗਾ ਫੇਰ ਤੈਨੂੰ ਬਸ ਬਸ ਕੜਾ ਮਨ ਖੁਦਾ ਮਨ ਬਸ ਕੌਲ ਮਨ ਜਾ ਕੌਲ ਮਨ ਖੈਰ ਇਹ ਮਾਦੀ ਕਾਨ ਇਹ ਜਿਹੜੀ ਤੱਲੇ ਵਧੀ ਹੈ ਨਾ ਇਹ ਮਾਦੀ ਇਹ ਦੋ ਨਾਰਨ ਵੱਡੇ ਹੋਏ ਹੋਏ ਅਸਲ ਚ ਨਾ ਅਸਾਂ ਅੱਜ ਅੱਠ ਦੇ ਹੋ ਗਏ ਗੰਦ ਨਹੀਂ ਚਵਾਇਆ ਵੇ ਮਾਲ ਹਨ ਕੋ ਨਾ ਜਿੱਥੇ ਕਚਰਾ ਹੁੰਦਾ ਪੁਰਾਣਾ ਉਥਾਂ ਹੀ ਇਕੱਠੇ ਮਾਲ ਵਧੇ ਕੋ ਨਹੀਂ ਅਸਾਂ ਇਹਨਾਂ ਨੂੰ ਚਾਹੇ ਨਹੀਂ ਬਸ ਇਹ ਤਾਂ ਪਤਾ ਹੀ ਨਹੀਂ ਕਾਨ ਇੱਕ ਮਿਹਰਬਾਨੀ ਤਾਂ ਕਰ ਇਹ ਗੁਥਲੀ ਤਾਂ ਦੇ ਛੱਡ ਮੈਂ ਨਾਂਗ ਵਿੱਚ ਸੱਟਣਾ ਮਿਹਰਬਾਨੀ ਸਰ ਅੱਲਾ ਤੇਰੀ ਜ਼ਿੰਦਗੀ ਕਰੇ ਬਸ ਬਸ ਕੌਲ ਮਨ ਖੁਦਾ ਮਨ ਗੁੱਗੇ ਪੀਰ ਚੌਹਾਨ ਦਾ
ਬਸ ਇਹਨਾਂ ਨੂੰ ਤੂੰ ਫੱਦ ਯਾਰ, ਤੂੰ ਤਾਂ ਬੜਾ ਚੰਗਾ ਕੀਤਾ, ਅੱਜ ਆ ਗਈਆਂ ਨੇ ਤਾਂ ਸਾਨੂੰ ਤਾਂ ਬੜਾ ਖਤਰਾ ਹੋ ਗਿਆ ਇਹਦਾ। ਵਾਹ ਬਾਈ ਵਾਹ ਯਾਰ, ਅੱਲਾ ਤੈਨੂੰ ਲਾਇਆ ਕਿਵੇਂ? ਕਿਸੇ ਮਰਜ਼ੀ ਦੀ ਕੋਈ ਪੁੱਛਣੀ ਹੋਵੇ ਤਾਂ ਪੁੱਛ ਲੈ ਅੱਜ ਦੋ। ਅੱਜ ਕੱਲ ਨਾਂਗ ਮਾਰਨਾ ਵੀ ਜੋਰਾਂ ਨਾਲ ਦਾ ਹੁੰਦਾ ਨਾ, ਦੂਆ ਤੇ ਵੱਧ ਉਹ ਜਿਹੜਾ ਹੈ ਨਾ ਹਮਲਾ ਕਰਦਾ ਹੈ ਇਨਸਾਨ ਦੇ। ਇਹ ਦੋ ਤਰੇ ਦੋ ਚਾਰ ਜੰਗਲ ਜਾ ਤੇ ਆਜ਼ਾਦ ਕਰ ਸੋ, ਜਿਹੜਾ ਅਸਾਂ ਤੇਰੇ ਕੋਲ ਕੋਈ ਖਰਚਾ ਪਾਣੀ ਲਵਣਾ ਉਹ ਸਾ ਕੁਝ ਗੁੱਗੇ ਦੀ ਨਿਆਜ ਵੰਡਦੇ ਸੋ ਕੁਝ ਸਾ ਖਾ। ਇਹਨਾਂ ਦਾ ਪੀਰ ਹੁੰਦਾ, ਨਾਂਗਾ ਦਾ ਪੀਰ, ਗੁੱਗਾ ਪੀਰ ਚੌਹਾਨ ਆਜ਼ਾਦ। ਰਹਿਮਾਨ ਰਹੀਮ ਪੀਰ ਉਸਤਾਦ ਲੁਕਮਾਨ ਬਾਦਸ਼ਾਹ ਬੈਠਾ ਪਾਸ ਕੰਮ ਆਵੇ ਰਾਸ ਗੁਰਮਤ ਗੁਰਮਤ ਕਾਗਤੀ ਪਹਿਲੀ ਫੁਰਮਨ ਨਾਗਤੀ ਗੁਰ ਰੱਖੇ ਨਿਜਨ ਜੈ ਗੁਰ ਸੇ ਬਾਜਾ ਪਾਲੀ ਬਸੰਦਰ ਸੇ ਤਿਰੰਬਾ ਟੂਟਿਆ ਅਗਾਸ ਸੇ ਗਾਰ ਟੂਟੀ ਚੁੱਕ ਚੁੱਕ ਸ੍ਰੀ ਕੰਕਰਾ ਸਭ ਭੂਲ ਗਈ ਸੰਕਰਾ ਸੰਖ ਸੈਨਾ ਬੇਸੰਗ ਝੜ ਵੇ ਸੋ ਨਿਰ। ਇਹ ਇਵੇਂ ਅਸਾਂ ਆਪੋ ਆਪਣੇ ਨਾਂਗ ਦੀ ਸਲਵਾਤ ਹੁੰਦੀ ਬਈ ਜਿਹੜਾ ਨਾਂਗ ਲੜ ਸੀ ਨਾ। ਅੱਛਾ ਤੇ ਮੈਂ ਸੁਣਦਾ ਬਈ ਉਹ ਜਿਹੜੇ ਨਾ ਬਈ ਇੱਕ ਨਾਂਗ ਮੰਨੀ ਦਾ ਮਨ ਕਰਾਉਂਦਾ ਉਹ ਜਿਹੜੇ ਦਾ ਉੱਤੇ ਰੱਖ ਦੇ ਉਹ ਤਾਂ ਜ਼ਹਿਰ ਉਸੇ ਟਾਈਮ ਹੀ ਚੱਕ ਲੈਂਦਾ। ਅੱਛਾ ਉਹ ਤੁਹਾਡੇ ਕੋਲ ਮੌਜੂਦ ਹੈ? ਇਹ ਵੇਖ ਨਾ, ਇਹ ਕਈ ਨਿਸ਼ਾਨ ਨਾਂਗ ਲੜੇ ਉਹ ਸਾਡੇ ਕੋਲ ਹੁੰਦਾ।